ਹੈਲੋ ਦੋਸਤੋ ਬਾਈ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ 'ਚ ਆਪਾਂ ਕਰ ਰਹੇ ਹਾਂ ਕੰਪਿਊਟਰ ਰਿਲੇਟਡ ਬੇਸਿਕ ਕੁਐਸਚਨ ਜੋ ਕਿ ਆਉਣ ਵਾਲੀ ਟ੍ਰਿਪਲ ਐਸ ਬੋਰਡ ਕਲਰਕ ਅਤੇ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਲਈ ਮਹੱਤਵਪੂਰਨ ਰਹਿਣ ਵਾਲੇ ਨੇ ਤਾਂ ਦੋਸਤੋ ਵੀਡੀਓ ਨੂੰ ਖੇਤਾ ਕੇ ਜ਼ਰੂਰ ਦੇਖਣਾ ਇਹਦੇ ਨਾਲ ਹੀ ਚੈਨਲ ਤੇ ਫਸਟ ਵਾਰ ਵਿਜ਼ਿਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੀ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਜ਼ਰੂਰ ਕਰ ਦੇਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਕੇ ਕੁਐਸਚਨ ਨੰਬਰ ਫਸਟ ਇਹ ਲਿਖਿਆ ਵਿੱਚੋਂ ਕਿਹੜੇ ਕੰਪਿਊਟਰ ਦੀ ਕਿਸਮ ਨਹੀਂ ਹੈ ਤਾਂ ਰਾਈਟ ਆਨਸਰ ਹੈ ਮੇਨ ਫਰਮ ਠੀਕ ਹੈ ਜੀ ਮੇਨ ਫਰਮ ਜੋ ਕੋਈ ਵੀ ਕੰਪਿਊਟਰ ਦੀ ਕਿਸਮ ਨਹੀਂ ਹੈ ਕਿਉਂਕਿ ਦੋਸਤੋ ਜੋ ਮੇਨ ਫਰੇਮ ਕੰਪਿਊਟਰ ਦੀ ਕਿਸਮ ਹੁੰਦੀ ਹੈ ਇੱਥੇ ਜੋ ਮੇਨ ਫਰਮ ਦੀ ਗੱਲ ਕੀਤੀ ਹੈ ਇਨਪੁਟ ਡਿਵਾਈਸ OCR ਦਾ ਪੂਰਾ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ ਆਪਟੀਕਲ ਕਾਰਡ ਰੀਡਰ ਠੀਕ ਹੈ ਜੀ ਬਟ ਦੋਸਤੋ ਤੁਹਾਨੂੰ ਐਗਜ਼ਾਮ ਵਿੱਚ অপটিক্যাল ক্যারেক্টার রেকগনিজেশন ਵੀ ਆ ਸਕਦਾ ਹੈ ਠੀਕ ਹੈ ਤਾਂ ਉਹ ਵੀ রাইਟ ਆਨਸਰ ਹੋਵੇਗਾ MS ওয়ার্ড ਵਿੱਚ ਦੂਸਰੀ ਲਾਈਨ ਵਿੱਚ ਜਾਣ ਲਈ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ রাইਟ ਆਨਸਰ ਹੈ ਇੰਟਰ ਕੀ ਠੀਕ ਹੈ ਆਪਾਂ ਜਦੋਂ ਇੰਟਰ ਕੀ প্রেস ਕਰਦੇ ਹਾਂ ਤਾਂ MS ওয়ার্ড ਵਿੱਚ ਦੂਸਰੀ ਲਾਈਨ ਵਿੱਚ ਚਲੇ ਜਾਂਦੇ ਹਾਂ डॉट मैट्रिक्स ती किस किस्म है तो राइट आंसर है प्रिंटर ठीक है जो डॉट मैट्रिक्स ने प्रिंटर दी ये प्रिंटर की किस्म है तो दोस्तों ये बैंक अंदर एंड पोस्ट ऑफिस देख सकते कीबोर्ड उपर फंक्शन की संख्या है ਦਾ ਰਾਈਟ ਆਨਸਰ ਹੈ 12 ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕੀਬੋਰਡ ਉੱਪਰ ਜੋ f1 ਠੀਕ ਹੈ ਜੀ f2 ਇਸ ਤਰ੍ਹਾਂ ਜੋ 12 ਤੱਕ ਹੁੰਦੀਆਂ ਨੇ ਠੀਕ ਹੈ ਜੀ ਇਹ ਕੀਜ਼ ਤਾਂ ਇਹਨਾਂ ਨੂੰ ਜੋ ਫੰਕਸ਼ਨ ਕੀਜ਼ ਕਹਿੰਦੇ ਨੇ ਵਿੰਡੋਜ਼ 10 ਦਾ ਸਬੰਧ ਕਿਸ ਨਾਲ ਹੈ ਤਾਂ ਰਾਈਟ ਆਨਸਰ ਹੈ ਮਾਈਕਰੋਸਾਫਟ ਠੀਕ ਹੈ ਮਾਈਕਰੋਸਾਫਟ ਨਾਲ ਸੰਬੰਧਤ ਹੈ ਕਿਉਂਕਿ ਦੋਸਤੋ ਜੋ ਵਿੰਡੋਜ਼ ਹੈ ਇਸ ਨੂੰ ਕ੍ਰੀਏਟ ਹੀ ਜੋ ਮਾਈਕਰੋਸਾਫਟ ਵੱਲੋਂ ਕੀਤਾ ਗਿਆ ਸੀ ਜਾਵਾ ਦਾ ਕੰਪਿਊਟਰ ਅੰਦਰ ਕੀ ਕੰਮ ਹੈ ਤਾਂ ਰਾਈਟ ਆਨਸਰ ਹੈ ਪ੍ਰੋਗਰਾਮਿੰਗ ਲੈਂਗੁਏਜ ਠੀਕ ਹੈ ਜਵਾ ਇੱਕ ਪ੍ਰੋਗਰਾਮਿੰਗ ਲੈਂਗੁਏਜ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਆਉਟਪੁੱਟ ਡਿਵਾਈਸ ਨਹੀਂ ਹੈ ਤਾਂ ਰਾਈਟ ਆਨਸਰ ਹੈ ਲਾਈਟ ਪੈਨ ਠੀਕ ਹੈ ਲਾਈਟ ਪੈਨ ਨਾ ਇੱਕ ਇਨਪੁੱਟ ਡਿਵਾਈਸ ਹੈ ਬਾਕੀ ਮੋਨੀਟਰ ਪ੍ਰਿੰਟਰ ਤੇ 플ੋਟਰ ਠੀਕ ਹੈ ਇਹ ਆਉਟਪੁੱਟ ਡਿਵਾਈਸ ਨੇ ਤਾਂ ਦੋਸਤੋ ਜੋ 플ੋਟਰ ਹੁੰਦਾ ਹੈ ਜੋ ਵੱਡੇ ਫਲੈਕਸ ਠੀਕ ਹੈ ਪ੍ਰਿੰਟ ਕੀਤੇ ਜਾਂਦੇ ਨੇ ਉਹ 플ੋਟਰ ਦੁਆਰਾ ਕੀਤੇ ਜਾਂਦੇ ਨੇ ਪੋਸਟ ਦਾ ਪੂਰਾ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ ਪਾਵਰ ਆਨ ਸੈਲਫ ਟੈਸਟ ਠੀਕ ਹੈ ਜੀ ਜਦੋਂ ਕੰਪਿਊਟਰ ਆਪਾਂ ਸਟਾਰਟ ਕਰਦੇ ਆ ਤਾਂ ਉਸ ਟਾਈਮ ਜੋ ਪੋਸਟ ਕੰਮ ਕਰਦੀ ਏ ਇਹਦਾ ਮਤਲਬ ਹੁੰਦਾ ਹੈ ਕਿ ਉਸ ਟਾਈਮ ਜੋ ਪੂਰੇ ਕੰਪਿਊਟਰ ਅੰਦਰ ਜਾਂਚ ਕੀਤੀ ਜਾਂਦੀ ਹੈ ਹਾਰਡਵੇਅਰ ਦੀ ਠੀਕ ਹੈ ਜੀ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਤਾਂ ਜੇਕਰ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਤਾਂ ਤੁਹਾਨੂੰ ਸਕਰੀਨ ਤੇ ਜੋ 에ਰਰ ਸ਼ੋ ਕਰਦਾ ਹੈ ਤਾਂ ਉਹ ਜੋ पोस्ट वालों की है ठीक है जानी कि इस है पावर ऑन सैल्फ टैसट एम आई सीआर सी का पूरा नाम की है करैक्टर ठीक है एम आई सीआर सी का पूरा नाम हों करेक्टर ਜੋ MICR ਦਾ ਪੂਰਾ ਨਾਮ ਹੈ ਮੈਗਨੇਟਿਕ ਇנק ਕੈਰੈਕਟਰ ਰਿਕੋਗਨੀਸ਼ਨ ਕਿਸ ਪੀੜੀ ਵਿੱਚ IC ਚਿਪ ਦਾ ਪ੍ਰਯੋਗ ਹੋਣ ਲੱਗਿਆ ਤਾਂ ਰਾਈਟ ਆਨਸਰ ਹੈ ਥਰਡ ਜਨਰੇਸ਼ਨ ਠੀਕ ਹੈ ਤੀਸਰੀ ਪੀੜ੍ਹੀ ਵਿੱਚ ਜੋ ਆਈਸੀ ਚਿਪ ਦਾ ਪ੍ਰਯੋਗ ਹੋਣ ਲੱਗਿਆ ਸੀ ਐਂਡ ਦੋਸਤੋ ਕਈ ਵਾਰ एग्जाम ਵਿੱਚ ਪੁੱਛਿਆ ਜਾਂਦਾ ਹੈ ਕਿ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਤਾਂ ਰਾਈਟ ਆਨਸਰ ਆਪਣਾ ਸਿਲੀਕਨ ਹੋਵੇਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਕੰਪਿਊਟਰ ਪਾਸਾ ਨਹੀਂ ਹੈ ਤਾਂ ਰਾਈਟ ਆਨਸਰ ਹੈ ਉਪਾਤ ਠੀਕ ਹੈ ਉਹ ਬਾਤ ਕੋਈ ਵੀ ਕੰਪਿਊਟਰ ਦੀ ਪਾਸਾ ਨਹੀਂ ਆਇਆ ਹੈ ਪੈਨ ਡਰਾਈਵ ਦਾ ਪ੍ਰਯੋਗ ਕੰਪਿਊਟਰ ਵਿੱਚ ਕਿਸ ਲਈ ਕੀਤਾ ਜਾਂਦਾ ਹੈ ਤਾਂ ਆ ਰਾਈਟ ਆਨਸਰ ਹੈ ਸਟੋਰੇਜ ਡਿਵਾਈਸ ਠੀਕ ਹੈ ਜੀ ਜੋ ਪੈਨ ਡਰਾਈਵ ਹੈ ਇੱਕ ਸਟੋਰੇਜ ਡਿਵਾਈਸ ਹੈ ਜਿਹਦਾ ਪ੍ਰਯੋਗ ਕੰਪਿਊਟਰ ਵਿੱਚ ਕੀਤਾ ਜਾਂਦਾ ਹੈ डीवी टी का पूरा नाम की है राइट आंसर है डिजिटल वीडियो डिस्क ठीक है डीवी टी का पूरा नाम है डिजिटल वीडियो डिस्क रैम का पूरा नाम की है ਦਾ ਰਾਈਟ ਆਨਸਰ ਹੈ ਰੈਂਡਮ ਐਕਸੈਸ ਮੈਮਰੀ ਠੀਕ ਹੈ ਰੈਂਡਮ ਐਕਸੈਸ ਮੈਮਰੀ ਜੋ ਰੈਮ ਦਾ ਪੂਰਾ ਨਾਮ ਹੈ ਜੇਕਰ ਇੱਕ ਕੰਪਿਊਟਰ ਵਿੱਚ ਇੱਕ ਤੋਂ ਵੱਧ ਪ੍ਰੋਸੈਸਰ ਹਨ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮਲਟੀਪ੍ਰੋਸੈਸਰ ਠੀਕ ਹੈ ਜੀ ਤਾਂ ਇਸ ਨੂੰ ਜੋ ਮਲਟੀਪ੍ਰੋਸੈਸਰ ਕਿਹਾ ਜਾਂਦਾ ਹੈ ਜੇਕਰ ਕੋਈ ਕੰਪਿਊਟਰ ਦੂਜੇ ਨੂੰ ਡਾਟਾਬੇਸ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਇਸ ਨੂੰ ਕਿਹਾ ਜਾਵੇਗਾ ਤਾਂ ਰਾਈਟ ਆਨਸਰ ਹੈ ਡਾਟਾਬੇਸ ਸਰਵਰ ਠੀਕ ਹੈ ਜੀ ਤਾਂ ਇਸ ਨੂੰ ਜੋ ਡਾਟਾਬੇਸ ਸਰਵਰ ਕਿਹਾ ਜਾਂਦਾ ਹੈ ਯੂਆਰਐਲ ਦਾ ਪੂਰਾ ਰੂਪ ਕੀ ਹੈ राइट आंसर है यूनिफॉर्म रिसोर्स लोकेटर ठीक है यूएरएल का जो पूरा नाम है यूनिफॉर्म रिसोर्स लोकेटर टेलीफोन टैलीफोन दिया दारा उत्ते डाटा संचारित करके इंटरनेट प्रदान करने लरती जाती तकनोलॉजी की है राइट आंसर है डी एस एल ਠੀਕ ਹੈ ਜੀ ਡੀਐਸਐਲ ਤਾਂ ਇਸਦੇ ਜੋ ਫੁੱਲ ਫਾਰਮ ਹੈ ਡਿਜੀਟਲ ਸਬਸਕ੍ਰਾਈਬਰ ਲਾਈਨ ਠੀਕ ਹੈ ਡੀਐਸਐਲ ਦੀ ਜੋ ਫੁੱਲ ਫਾਰਮ ਹੈ ਡਿਜੀਟਲ ਸਬਸਕ੍ਰਾਈਬਰ ਲਾਈਨ ਕਿਹੜੀ ਕਮਾਂਡ ਫਾਈਲਾਂ ਜਾਂ ਫੋਲਡਰਾਂ ਨੂੰ ਪੱਕੇ ਤੌਰ ਤੇ ਮਟਾਉਣ ਲਈ ਵਰਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਸ਼ਿਫਟ ਪਲੱਸ ਡੀਲੀਟ ਇੱਕਈ ਜੋ ਸ਼ਿਫਟ ਪਲੱਸ ਡਿਲੀਟ ਦਾ ਕਮਾਂਡ ਹੈ ਇਹ ਕਿਸੇ ਵੀ ਫਾਈਲ ਜਾਂ ਫੋਲਡਰ ਨੂੰ ਪਰਮਨੈਂਟਲੀ ਜੋ ਡਿਲੀਟ ਕਰ ਦਿੰਦੀ ਹੈ ਐਚ ਟ ਟੀ ਪੀ ਦਾ ਪੂਰਾ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਠੀਕ ਹੈ ਜੀ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਮੈਮਰੀ ਨੂੰ ਅਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਰੈਮ ਠੀਕ ਹੈ ਇੱਥੇ ਜੋ ਟੈਂਪਰੇਰੀ ਮੈਮਰੀ ਬਾਰੇ ਪੁੱਛਿਆ ਗਿਆ ਹੈ ਤਾਂ ਇਹ ਆਪਣਾ ਰਾਈਟ ਆਨਸਰ ਜੋ ਰੈਮ ਹੋਵੇਗਾ ਐਂਡ ਜੇਕਰ ਪਰਮਾਨੈਂਟਲੀ ਮੈਮਰੀ ਬਾਰੇ ਪੁੱਛਿਆ ਜਾਵੇ ਜਨਕੀ ਸਥਾਈ ਮੈਮਰੀ ਬਾਰੇ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਰੋਮ ਹੋਵੇਗਾ ਸੁਪਰ ਕੰਪਿਊਟਰ ਦੀ ਗਤੀ ਮਾਪਣ ਲਈ ਕਿਹੜੀ ਇਕਾਈ ਵਰਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਫਲੋਪਸ ਠੀਕ ਹੈ ਫਲੋਪਸ ਵਰਤੀ ਜਾਂਦੀ ਹੈ ਐਂਡ ਜੋ ਫਲੋਪਸ ਦੀ ਜੋ ਫੁੱਲ ਫਾਰਮ ਹੈ ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ ਚੁਣੇ ਹੋਏ ਟੈਕਸਟ ਨੂੰ ਕੱਟਣ ਲਈ ਤੁਹਾਨੂੰ ਕਿਹੜੀਆਂ ਕੀਜ਼ ਦਬਾਉਣੀਆਂ ਪੈਣਗੀਆਂ ਤਾਂ ਰਾਈਟ ਆਨਸਰ ਹੈ ਕੰਟਰੋਲ ਐਕਸ ਠੀਕ ਹੈ ਜੋ ਕੰਟਰੋਲ ਐਕਸ ਹੈ ਇਸਰਹੀਂ ਆਪਾਂ ਕਿਸੇ ਵੀ ਟੈਕਸਟ ਨੂੰ ਜੋ ਠੀਕ ਹੈ ਜੀ ਸਿਲੈਕਟ ਕਰਕੇ ਯਾਨੀ ਕਿ ਕੱਟ ਕਰਕੇ ਉਸ ਨੂੰ ਆਪਾਂ ਕਿਤੇ ਵੀ ਪੇਸਟ ਕਰ ਸਕਦੇ ਹਾਂ ਠੀਕ ਹੈ ਜੀ ਐਂਡ ਜੋ ਕੰਟਰੋਲ ਆ ਸੀ ਹੈ ਇਸ ਰਾਹੀਂ ਆਪਾਂ ਜੋ ਕਾਪੀ ਕਰ ਲਵਾਂਗੇ ਐਂਡ ਕੰਟਰੋਲ ਐਕਸ ਰਾਹੀਂ ਇਸ ਨੂੰ ਆਪਾਂ ਜੋ ਕੱਟ ਕਰ ਲਵਾਂਗੇ ਕਿਸੇ ਵੀ ਟੈਕਸਟ ਨੂੰ ਸੀ ਪਲੱਸ ਪਲੱਸ ਪਾਸਾ ਕਿਸ ਵੱਲੋਂ ਵਿਕਸਿਤ ਕੀਤੀ ਗਈ ਤਾਂ ਰਾਈਟ ਆਨਸਰ ਹੈ ਬਾਜ਼ਾਰ ਨੇ स्ट्रोस ट्रप ठीक है जी बाज़ार ने स्ट्रोस ट्रप द्वारा जो, जो सी प्लस प्लस जो लैंग्वेज बनाई गई थी ਤੁਸੀਂ ਕਿਸ ਕੀ ਦੀ ਵਰਤੋਂ ਕਰਕੇ ਕਰਸਰ ਦੇ ਖੱਬੇ ਪਾਸੇ ਇੱਕ ਅੱਖਰ ਮਿਟਾ ਸਕਦੇ ਹੋ ਤਾਂ ਆ ਰਾਈਟ ਆਨਸਰ ਹੈ ਬੈਕਸਪੇਸ ਠੀਕ ਹੈ ਜੀ ਆਪਣੇ ਜੋ ਮਾਊਸ ਦਾ ਕਰਸਰ ਹੁੰਦਾ ਹੈ ਠੀਕ ਹੈ ਆਪਾਂ ਕੋਈ ਵੀ ਇੱਥੇ ਇੱਕ ਵਰਡ ਲਿਖ ਰਹੇ ਹਾਂ ਠੀਕ ਹੈ ਜੀ ਤੇ ਇੱਥੇ ਆਪਣਾ ਜੋ ਕਰਸਰ ਹੈ ਤਾਂ ਆਪਾਂ ਜੋ ਆਪਣੇ ਲੈਫਟ ਸਾਈਡੋਂ ਕਿਸੇ ਵੀ ਅੱਖਰ ਇੱਕ ਅੱਖਰ ਨੂੰ ਆਪਾਂ ਮਿਟਾਉਣਾ ਤਾਂ ਆਪਾਂ ਜੋ ਬੈਕਸਪੇਸ ਦੀ ਵਰਤੋਂ ਕਰਾਂਗੇ ਪਹਿਲਾ ਕੰਪਿਊਟਰ ਵਾਇਸ ਹੈ ਤਾਂ ਰਾਈਟ ਆਨਸਰ ਹੈ ਕ੍ਰੀਪਰ ठीक है जो क्रीपर है ये पहला कंप्यूटर वायरस है आई एस पी का पूरा नाम की है। ता राइट आंसर है इंटरनेट सर्विस प्रोवाइडर ठीक है जी इंटरनेट सर्विस प्रोवाइडर ऑपरेटिंग सिस्टम की है तो राइट आंसर है सिस्टम सॉफ्टवेयर ठीक है जी ऑपरेटिंग सिस्टम एक सिस्टम सॉफ्टवेयर है एल यू पूरा करो ठीक है जी जाने की एल यू की जो फुल फॉर्म की है राइट आंसर है अर्थमैटिक लॉजिक यूनिट ठीक है जी अर्थमैटिक लॉजिक यूनिट ईमेल का पूरा नाम की है ता राई है इलेक्ट्रॉनिक मेल ठीक है जी ईमेल का जो पूरा नाम है इलेक्ट्रॉनिक मेल पी की है तो राइट आंसर है ਇਲੈਕਟ੍ਰੋਨਿਕ ਡਾਟਾ ਪ੍ਰੋਸੈਸਿੰਗ ਠੀਕ ਹੈ ਜੀ ਏ ਡੀ ਪੀ ਦੀ ਜੋ ਫੁੱਲ ਫਾਰਮ ਹੈ ਇਲੈਕਟ੍ਰੋਨਿਕ ਡਾਟਾ ਪ੍ਰੋਸੈਸਿੰਗ ਕੰਪਿਊਟਰ ਵਿੱਚ ਜਾਣ ਵਾਲੇ ਡਾਟਾ ਨੂੰ ਕੀ ਕਿਹਾ ਜਾਂਦਾ ਹੈ ਤਾਂ ਆ ਰਾਈਟ ਆਨਸਰ ਹੈ ਇਨਪੁਟ ਠੀਕ ਹੈ ਜੀ ਇਸ ਨੂੰ ਇਨਪੁਟ ਕਿਹਾ ਜਾਂਦਾ ਹੈ ਪੈਕਮੈਨ ਨਾਮ ਦਾ ਮਸ਼ਹੂਰ ਕੰਪਿਊਟਰ ਕਿਸ ਮਕਸਦ ਲਈ ਬਣਾਇਆ ਗਿਆ ਸੀ ਤਾਂ ਰਾਈਟ ਆਨਸਰ ਹੈ ਖੇਡਾਂ ਠੀਕ ਹੈ ਜੀ ਪੈਕਮੈਨ ਇੱਕ ਗੇਮਿੰਗ ਕੰਪਿਊਟਰ ਹੈ सब तो तेज प्रिंटर के राइट आंसर है लेजर प्रिंटर ठीक है जी सब तो तेज़ वर्क जो लेजर प्रिंटर करता है एलसी डी का पूरा रूप की है राइट आंसर है लिक्विड क्रिस्टल डिस्प्ले। ਕਿ ਇਹ LCD ਦਾ ਯੂ ਫੋਲ ਫਾਰਮ ਹੈ ਲਿਕুইਡ ਕ੍ਰਿਸਟਲ ਡਿਸਪਲੇ ਕੰਟਰੋਲ ਸ਼ਿਫਟ ਅਤੇ ਐਲਟ ਨੂੰ ਕਿਹੜੀਆਂ ਕੀਜ਼ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮੋਡੀਫਾਇਰ ਠੀਕ ਹੈ ਜੀ ਕੰਟਰੋਲ ਸ਼ਿਫਟ ਅਤੇ ਅਲਟ ਇੱਕ ਮੋਡੀਫਾਇਰ ਕੀਜ਼ ਨੇ OCR ਦਾ ਪੂਰਾ ਰੂਪ ਕੀ ਹੈ ਤਾਂ ਰਾਈਟ ਆਨਸਰ ਹੈ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ ਠੀਕ ਹੈ ਜੀ ओसीआर की जो फुल फॉर्म है ऑप्टिकल करेक्टर रिकनाइजे पहला कंप्यूटर माउस किसने बनाया आंसर है डगलस एंगल बार्टर ठीक है जी डगलस बार्टर द्वारा जो पहला कंप्यूटर माउस बनाया गया सी ਕੰਪਿਊਟਰ ਤੇ ਕੰਮ ਕਰਦੇ ਹਾਂ ਕਿਸੇ ਦਸਤਾਵੇਜ਼ ਨੂੰ ਅਸਥਾਈ ਤੌਰ ਤੇ ਸਟੋਰ ਕੀਤਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਰੈਮ ਠੀਕ ਹੈ ਜੀ ਰੈਂਡਮ ਐਕसेस ਮੈਮਰੀ ਇਹਨਾਂ ਵਿੱਚੋਂ ਕਿਹੜੀ ਰੈਮ ਨਹੀਂ ਹੈ तो राइट आंसर है पी रैम ठीक है जी पी रैम कोई भी रैम की किस्म नहीं है बिजली चले जाते कंप्यूटर बंद होंद ही किसी मैमरी रखे डाटा नष्ट हो जाता है तो राइट आंसर है रैम ठीक है जी रैम जो एक अस्थाई मैमरी है cd ਨੂੰ ਕੰਪੈਕਟ ਡਿਸਕ ਤੋਂ ਇਲਾਵਾ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ রাইਟ ਆਨਸਰ ਹੈ ਆਪਟੀਕਲ ਡਿਸਕ ਠੀਕ ਹੈ ਜੀ cd ਨੂੰ ਜੋ ਆਪਟੀਕਲ ਡਿਸਕ ਵੀ ਕਿਹਾ ਜਾਂਦਾ ਹੈ ਕੰਪਿਊਟਰ ਵਿੱਚ IBM ਦਾ ਪੂਰਾ ਨਾਮ ਕੀ ਹੈ ਤਾਂ রাইਟ ਆਨਸਰ ਹੈ ਇੰਟਰਨੈਸ਼ਨਲ ਬਿਜ਼ਨਸ ਮਸ਼ੀਨਰੀ ਠੀਕ ਹੈ ਆਈਬੀਐਮ ਦੀ ਜੋ ਫੁੱਲ ਫਾਰਮ ਹੈ ਇੰਟਰਨੈਸ਼ਨਲ ਬਿਜ਼ਨਸ ਮਿਸਿਵ ਇਹਨਾਂ ਵਿੱਚੋਂ ਕਿਹੜਾ ਇੱਕ ਆਉਟਪੁੱਟ ਡਿਵਾਈਸ ਨਹੀਂ ਹੈ ਤਾਂ ਰਾਈਟ ਆਨਸਰ ਹੈ ਸਕੈਨਰ ਠੀਕ ਹੈ ਸਕੈਨਰ ਇੱਕ ਇਨਪੁੱਟ ਡਿਵਾਈਸ ਹੈ ਕੰਟਰੋਲ ਸੀ ਕਿਸ ਲਈ ਵਰਤਿਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਕਾਪੀ ਠੀਕ ਹੈ ਇਹ ਕੰਟਰੋਲ ਸੀ ਦੀ ਵਰਤੋਂ ਜੋ ਕਿਸੇ ਵੀ ਫਾਰਮੈਟ ਨੂੰ ਕਾਪੀ ਕਰਨ ਲਈ ਵਰਤਿਆ ਜਾਂਦਾ ਹੈ ਐਂਡ ਕੰਟਰੋਲ ਐਕਸ ਹੁੰਦਾ ਹੈ ਇਸ ਨੂੰ ਕੱਟ ਕਰਨ ਲਈ ਐਂਡ ਕੰਟਰੋਲ ਵੀ ਨੂੰ ਪੇਸਟ ਕਰਨ ਲਈ ਐਂਡ ਕੰਟਰੋਲ ਜੈਡ ਨੂੰ ਅਨਡੋ ਕਰਨ ਲਈ ਇੱਕ ਕੀਬੋਰਡ ਉੱਤੇ ਕਿੰਨੀਆਂ ਕੀਜ਼ ਹੁੰਦੀਆਂ ਹਨ ਤਾਂ ਆ ਰਾਈਟ ਆਨਸਰ ਹੈ 104 ਠੀਕ ਹੈ ਜੀ ਇੱਕ ਕੀਬੋਰਡ ਉੱਤੇ ਟੋਟਲ 104 ਕੀਜ਼ ਹੁੰਦੀਆਂ ਨੇ ਇਹਨਾਂ ਵਿੱਚੋਂ ਕਿਹੜੀ ਡਿਵਾਈਸ ਕੰਪਿਊਟਰ ਤੇ ਗੇਮਾਂ ਖੇਡਣਾ ਆਸਾਨ ਬਣਾਉਂਦੀ ਹੈ ਤਾਂ ਆ ਰਾਈਟ ਆਨਸਰ ਹੈ ਜੁਆਇਸਟਿਕ ਠੀਕ ਹੈ ਜੀ ਜੁਆਇਸ ਸਟਿਕ ਜੋ ਗੇਮਾਂ ਖੇਡਣ ਲਈ ਵਰਤਿਆ ਜਾਂਦਾ ਹੈ ਪੋਸਟ ਦਾ ਪੂਰਾ ਰੂਪ ਕੀ ਹੈ ਤਾਂ ਰਾਈਟ ਆਨਸਰ ਹੈ ਪਾਵਰ ਆਨ ਸੈਲਫ ਟੈਸਟ ਠੀਕ ਹੈ ਜੀ ਪੋਸਟ ਦੀ ਜੋ ਫੋਲੋ ਫਾਰਮ ਹੈ ਪਾਵਰ ਔਨ ਸੈਲਫ ਟੈਸਟ ਇੱਕ ਨਿੱਬਲ ਵਿੱਚ ਕਿੰਨੇ ਬਿਟ ਹੁੰਦੇ ਹਨ ਤਾਂ ਰਾਈਟ ਆਨਸਰ ਹੈ 4 ਠੀਕ ਹੈ ਜੀ 4 ਬਿਟ ਤੋਂ ਮਿਲ ਕੇ ਇੱਕ ਨਿੱਬਲ ਬਣਦਾ ਹੈ ਇਸ ਸੀਡੀ ਰੋਮ ਕਿਸ ਦੀ ਉਦਾਹਰਨ ਹੈ

मेगावाइट एक हज़ार चौबी किलोबाइट्स ठीक है जी एक हजार किलोबाइट्स किलोबैट्स के एक एम बी बना एंड एक हजार चौबी एम बी के जो एक जी बी बना पीसी टीसी किस किस्म है राइट आंसर माइक्रो कंप्यूटर ठीक है ये टेबलेट पीसी का माइक्रो कंप्यूटर है स्पीकर हेडफोन किस तरह के डिवाइस हैं राइट आंसर है आउटपुट ठीक है जी स्पीकर हेडफोन जो आउटपुट डिवाइस हैं क्विक हील की है रइट आंसर है एंटी वायरस ठीक है क्विक हील एक एंटी वायरस है किसी भी फाइल ज फोल्डर लभन लिय किस शॉर्टकट की की वरतों की जाती है तो राइट आंसर है एफ ठीक है जी ਕਿਸੇ ਵੀ ਫਾਈਲ ਜਾਂ ਫੋਲਡਰ ਨੂੰ ਲੱਭਣ ਲਈ ਜੇਕਰ ਆਪਾਂ F3 ਪ੍ਰੈਸ ਕਰਾਂਗੇ ਤਾਂ ਆਪਾਂ ਨੂੰ ਜੋ ਡੈਸਕਟਾਪ ਉੱਪਰ ਆਪਸ਼ਨ ਮਿਲ ਜਾਂਦੀ ਹੈ ਜਿੱਥੇ ਆਪਾਂ ਕਿਸੇ ਵੀ ਫਾਈਲ ਜਾਂ ਫੋਲਡਰ ਦਾ ਜੋ ਨਾਮ ਭਰ ਕੇ ਉਸ ਨੂੰ ਲੱਭ ਸਕਦੇ ਹਾਂ ਇਹਦੀ ਇਹਦਾ ਪੂਰਾ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ इलेक्ट्रॉनिक डाटा इंटरचेंज ठीक है पूरा नाम जो इलेक्ट्रॉनिक डाटा इंटरचेंज है आई पी तो की भाव है है इंटरनेट प्रोटोकॉल ठीक है आईपी हैगी है ਇੰਟਰਨੈਟ ਪ੍ਰੋਟੋਕੋਲ ਸਿਸਟਮ ਵਿੱਚ ਬੂਟਿੰਗ ਦਾ ਕੀ ਮਤਲਬ ਹੈ ਤਾਂ রাইਟ ਆਨਸਰ ਹੈ ਕੰਪਿਊਟਰ ਨੂੰ ਰੀਸਟਾਰਟ ਕੀਤਾ ਜਾ ਰਿਹਾ ਹੈ ਠੀਕ ਹੈ ਜਦ ਆਪਾਂ ਕੰਪਿਊਟਰ ਨੂੰ ਰੀਸਵਿਚ ਆਨ ਕਰਦੇ ਹਾਂ ਤਾਂ ਉਸ ਨੂੰ ਬੂਟ ਕਿਹਾ ਜਾਂਦਾ ਹੈ

एक्सपर्ट्स ग्रुप एंड जीआईएफ दी जो फुल फॉर्म है ग्राफिक्स इंटरचेंज फॉर्मेट एंड बीएमपी दी जो फुल फॉर्म है बिट मैप इमेज फाइल दिते कि एक गीगाबाइट के बराबर है तो राइट आंसर है 1024 ਮੈਗਾਬਾਈਟ ਠੀਕ ਹੈ 1024 ਮੈਗਾਬਾਈਟ ਬਰਾਬਰ ਹੈ 1 ਜੀਬੀ ਦੇ ਕੰਪਿਊਟਰ ਦੀ ਗਤੀ ਕਿਸ ਵਿੱਚ ਮਾਪੀ ਜਾਂਦੀ ਹੈ ਤਾਂ রাইਟ ਆਨਸਰ ਹੈ ਗੀਗਾਹਰਟਜ਼ ਠੀਕ ਹੈ ਇਹ ਕੰਪਿਊਟਰ ਦੀ ਗਤੀ ਜੋ ਗੀਗਾਹਰਟਜ਼ ਵਿੱਚ ਮਾਪੀ ਜਾਂਦੀ ਹੈ ਦੋਸਤੋ ਜੋ ਵੀ ਕੁਐਸਚਨ ਆਪਾਂ ਕਰ ਰਹੇ ਹਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਇਹ ਅਕਸਰ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਜੋ ਰਿਪੀਟਿਡ ਕੁਐਸਚਨ ਨੇ ਡੀ ਰੈਮ ਦਾ ਪੂਰਾ ਰੂਪ ਕੀ ਹੈ ਤਾਂ ਰਾਈਟ ਆਨਸਰ ਹੈ ਡਾਇਨਾਮਿਕ ਰੈਂਡਮ ਐਕਸੈਸ ਮੈਮਰੀ ਠੀਕ ਹੈ ਜੀ ਡੀ ਰੈਮ ਦਾ ਜੋ ਫੁੱਲ ਫਾਰਮ ਹੈ ਡਾਇਨਾਮਿਕ ਰੈਂਡਮ ਐਕਸੈਸ ਮੈਮਰੀ हेठ लिखा केड़ा इनपुट डिवाइस नहीं है तो राइट आंसर है स्पीकर ठीक है जी क्योंकि स्पीकर एक आउटपुट डिवाइस है इंटरनेट एक्सप्लोरर एक है तो राइट आंसर है वेब ब्राउजर ठीक है ये इंटरनेट एक्सप्लोरर एक वेब ब्राउजर है हेठा दितते विचो कोई इंटरनेट का हिस्सा नहीं है ता राइट आंसर है सीडी रोम ठीक है ये सीडी रोम जो इंटरनेट का हिस्सा नहीं है ਬਾਕੀ ਜੋ ਤਿੰਨੋਂ ਨੇ ਠੀਕ ਹੈ ਜੀ ਇਹ ਆਪਾਂ ਜੋ ਇੰਟਰਨੈਟ ਵਿੱਚ ਯੂਜ਼ਸ ਹੁੰਦੇ ਨੇ ਮੈਕ ਦਾ ਪੂਰਾ ਨਾਮ ਦੱਸੋ ਤਾਂ ਰਾਈਟ ਆਨਸਰ ਹੈ ਮੀਡੀਆ ਐਕਸੈਸ ਕੰਟਰੋਲ ਠੀਕ ਹੈ ਜੀ ਮੈਕ ਦਾ ਜੋ ਪੂਰਾ ਨਾਮ ਹੈ ਮੀਡੀਆ ਐਕਸੈਸ ਕੰਟਰੋਲ ਪਾਵਰਪੁਆਇੰਟ ਵਿੱਚ ਨਵੀਂ ਸਲਾਈਡ ਓਪਨ ਕਰਨ ਲਈ ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਕੰਟਰੋਲ ਐਮ ਠੀਕ ਹੈ ਇਹ ਕੰਟਰੋਲ ਐਮ ਦੀ ਜੋ ਵਰਤੋਂ ਕੀਤੀ ਜਾਂਦੀ ਹੈ ਨਵੀਂ ਸਲਾਈਡ ਓਪਨ ਕਰਨ ਲਈ ਪਾਵਰਪੁਆਇੰਟ ਅੰਦਰ ਜੁਐਸਬੀ ਹਾਰਡ ਡਿਸਕ ਕਿਸ ਪ੍ਰਕਾਰ ਦਾ ਸਟੋਰੇਜ ਡਿਵਾਈਸ ਹੈ तो राइट आंसर है सेकेंडरी ठीक है जी यूएसबी हार्ड डिस्क एक सेकेंडरी स्टोरेज डिवाइस है एमएस वर्ड किस चीज की एक उदाहरण है तो राइट आंसर है एप्लीकेशन सॉफ्टवेयर ठीक है जी एमएस वर्ड एक एप्लीकेशन सॉफ्टवेयर है कंट्रोल शिफ्ट और एल्ट ਕੀ ਕਹਿੰਦੇ ਹਨ ਤਾਂ ਰਾਈਟ ਆਨਸਰ ਹੈ ਮੋਡੀਫਾਇਰ ਕੀ ਠੀਕ ਹੈ ਜੀ ਜਿਵੇਂ ਕਿ ਜੋ ਕੀਬੋਰਡ ਤੇ ਵੱਖ-ਵੱਖ ਤਰ੍ਹਾਂ ਦੀਆਂ ਕੀਜ਼ ਹੁੰਦੀਆਂ ਨੇ ਜੋ ਕੰਟਰੋਲ ਸ਼ਿਫਟ ਅਤੇ ਅਲਟ ਹੈ ਇਹਨਾਂ ਨੂੰ ਜੋ ਮੋਡੀਫਾਇਰ ਕੀ ਕਿਹਾ ਜਾਂਦਾ ਹੈ ਇੱਕ ਕੰਪਿਊਟਰ ਬੂਟ ਨਹੀਂ ਕਰ ਸਕਦਾ ਜੇਕਰ ਇਸ ਵਿੱਚ ਡੈਸ਼ ਨਹੀਂ ਹੈ ਤਾਂ ਰਾਈਟ ਆਨਸਰ ਹੈ ኦਪਰੇਟਿੰਗ ਸਿਸਟਮ ਠੀਕ ਹੈ ਜੀ ኦਪਰੇਟਿੰਗ ਸਿਸਟਮ ਤੋਂ ਬਿਨਾ ਕੰਪਿਊਟਰ ਬੂਟ ਨਹੀਂ ਕਰ ਸਕਦਾ ਮਤਲਬ ਕਿ ਆਪਾਂ ਆਮ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਇਸਤੇ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ ਜੰਕ ਈਮੇਲ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਸਪੈਮ ਠੀਕ ਹੈ ਜੀ ਜੋ ਵੀ ਐਕਸਟਰਾ ਮੇਲਸ ਹੁੰਦੀਆਂ ਨੇ ਆਪਾਂ ਨੂੰ ਆਉਂਦੀਆਂ ਰਹਿੰਦੀਆਂ ਨੇ ਕੋਈ ਐਡਵਰਟਾਈਜ਼ਮੈਂਟ ਰਿਲੇਟਡ ਜਾਂ ਹੋਰ ਠੀਕ ਹੈ ਜੀ ਇਹ ਸਾਰੀਆਂ ਆਪਾਂ ਨੂੰ ਜੋ ਜੀਮੇਲ ਅੰਦਰ ਜੋ ਆਪਾਂ ਨੂੰ ਇੱਕ ਫੋਲਡਰ ਮਿਲਦਾ ਹੈ ਸਪੈਮ ਉੱਥੇ ਨਹੀਂ ਦੇਖ ਨੂੰ ਮਿਲਦੀਆਂ ਨੇ ਕਿਸੇ ਵਿਅਕਤੀ ਦੁਆਰਾ ਆਪਣੀ ਪਛਾਣ ਨੂੰ ਝੂਠਾ ਦੱਸ ਕੇ ਤੁਹਾਡੇ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਫਿਸ਼ਿੰਗ ਸਕੈਮ ਠੀਕ ਹੈ ਜੀ ਜੋ ਇਹ ਸਾਰੀ ਘਟਨਾ ਹੁੰਦੀ ਹੈ ਇਸ ਨੂੰ ਫਿਸ਼ਿੰਗ ਸਕੈਮ ਦੇ ਅੰਦਰ ਲਿਆ ਜਾਂਦਾ ਹੈ ਮੂਲ ਰੂਪ ਵਿੱਚ ਤੁਹਾਡੇ ਡਾਕੂਮੈਂਟ ਕਿਸ ਮੋਡ ਵਿੱਚ ਪ੍ਰਿੰਟ ਹੁੰਦੇ ਹਨ ਤਾਂ ਰਾਈਟ ਆਨਸਰ ਹੈ ਪੋਰਟਰੇਟ ਠੀਕ ਹੈ ਜੀ ਜੋ ਬਾਈ ਡਿਫਾਲਟ ਯੂ ਸੈਟਿੰਗ ਹੁੰਦੀ ਹੈ ਉਹ ਪੋਰਟਰੇਟ ਅੰਦਰ ਹੁੰਦੀ ਹੈ ਕਿਹੜਾ ਇੱਕ ਸੌਫਟਵੇਅਰ ਪ੍ਰੋਗਰਾਮ ਹੈ ਜੋ ਵੈਬ ਪੰਨਿਆਂ ਨੂੰ ਦੇਖਣ ਲਈ ਵਰਤਿਆ ਜਾਂਦਾ ਹੈ ਤਾਂ রাইਟ ਆਨਸਰ ਹੈ ਬ੍ਰਾਊਜ਼ਰ ਠੀਕ ਹੈ ਜੀ ਬ੍ਰਾਊਜ਼ਰ ਦੀ ਜੋ ਵਰਤੋਂ ਕਰਕੇ ਆਪਾਂ ਜੋ ਵੱਖ-ਵੱਖ ਵੈਬਸਾਈਟਾਂ ਤੇ ਵਿਜ਼ਿਟ ਕਰਦੇ ਹਾਂ RAM ਕਿਤੇ ਸਥਿਤ ਹੁੰਦੀ ਹੈ ਤਾਂ ਰਾਈਟ ਆਨਸਰ ਹੈ ਮਦਰ ਬੋਰਡ ਠੀਕ ਹੈ ਜੀ ਜੋ RAM ਹੁੰਦੀ ਹੈ ਇਹ ਮਦਰ ਬੋਰਡ ਤੇ ਪਾਈ ਜਾਂਦੀ ਹੈ ਇੱਕ ਕੰਪਿਊਟਰ ਵਿੱਚ ਸ਼ਾਮਲ ਹੁੰਦੇ ਹਨ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਠੀਕ ਹੈ ਜੀ ਉਪਰੋਕਤ ਸਾਰੇ ਹੀ ਜੋ ਇੱਕ ਕੰਪਲੀਟ ਕੰਪਿਊਟਰ ਅੰਦਰ ਪਾਈ ਜਾਂਦੇ ਹਨ ਚਾਰਲਸ ਬੇਬिज ਦੁਆਰਾ ਤਿਆਰ ਕੀਤੇ ਗਏ ਪਹਿਲੇ ਮੈਕੈਨੀਕਲ ਕੰਪਿਊਟਰ ਨੂੰ ਕੀ ਕਿਹਾ ਗਿਆ ਸੀ ਤਾਂ ਰਾਈਟ ਆਨਸਰ ਹੈ ਐਨੈਲੈਟਿਕਲ ਇੰਜਨ ਠੀਕ ਹੈ ਜੀ ਜੋ ਫਸਟ ਕੰਪਿਊਟਰ ਤਿਆਰ ਕੀਤਾ ਗਿਆ ਸੀ ਚਾਰਲਸ ਬੈਬੇਜ ਦੁਆਰਾ ਇਸ ਨੂੰ ਐਨੈਲੈਟਿਕਲ ਇੰਜਨ ਕਿਹਾ ਜਾਂਦਾ ਹੈ ਸੀ ਬੇਸਿਕ ਕਬੋਲ ਜਾਵਾ ਕਿਸ ਭਾਸ਼ਾ ਦੀਆਂ ਉਦਾਹਰਨਾਂ ਹਨ ਤਾਂ ਰਾਈਟ ਆਨਸਰ ਹੈ ਹਾਈ ਲੈਵਲ ਠੀਕ ਹੈ ਜੀ ਜੋ ਇਹ ਸਾਰੀਆਂ ਲੈਂਗੁਏਜਸ ਨੇ ਇਹਨਾਂ ਨੂੰ ਹਾਈ ਲੈਵਲ ਲੈਂਗੁਏਜ ਕਿਹਾ ਜਾਂਦਾ ਹੈ ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਛੋਟਾ ਸਿੰਗਲ ਸਾਈਟ ਨੈਟਵਰਕ ਨੂੰ ਦਰਸਾਉਂਦਾ ਹੈ ਤਾਂ ਰਾਈਟ ਆਨਸਰ ਹੈ ਲੈਨ ਠੀਕ ਹੈ ਲੈਨ ਮਤਲਬ ਕਿ ਲੋਕਲ ਏਰੀਆ ਨੈਟਵਰਕ यूएसबी किस किस्म की स्टोरेज डिवाइस है, राइट है? है। तो राइट आंसर है सेकेंडरी ठीक है यूएसबी एक सेकेंडरी डिवाइस है डिजिटल सिस्टम की सब तो छोटी इकाई कही है ਦਾ ਰਾਈਟ ਆਨਸਰ ਹੈ ਬਿਟ ਠੀਕ ਹੈ ਜੋ ਬਿਟ ਹੈ ਇੱਕ ਡਿਜੀਟਲ ਸਿਸਟਮ ਦੀ ਸਭ ਤੋਂ ਛੋਟੀ ਇਕਾਈ ਹੈ ਇੱਕ ਈਮੇਲ ਅਕਾਊਂਟ ਵਿੱਚ ਇੱਕ ਸਟੋਰੇਜ ਖੇਤਰ ਸ਼ਾਮਲ ਹੁੰਦਾ ਹੈ ਜਿਸ ਨੂੰ ਅਕਸਰ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮੇਲਬਾਕਸ ਠੀਕ ਹੈ ਜੋ ਆਪਣੀ ਈਮੇਲ ਆਈਡੀ ਹੁੰਦੀ ਹੈ ਐਂਡ ਉੱਥੇ ਆਪਾਂ ਨੂੰ ਇਨਬਾਕਸ ਵਿੱਚ ਜੋ ਆਪਾਂ ਨੂੰ ਮੇਲਾਂ ਦੇਖਣ ਨੂੰ ਮਿਲਦੀਆਂ ਨੇ ਉਸ ਨੂੰ ਮੇਲਬਾਕਸ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਕਿਹੜਾ ਸਟੋਰੇਜ ਡਿਵਾਈਸ ਹੈ? ਤਾਂ ਰਾਈਟ ਆਨਸਰ ਹੈ ਉਪਰੋਕਤ ਸਾਰੇ। ਠੀਕ ਹੈ ਜੀ ਜੋ ਤਿੰਨੋਂ ਨੇ ਇਹ ਸਟੋਰੇਜ ਡਿਵਾਈਸ ਨੇ। ਇੱਕ ਕੰਪਿਊਟਰ ਇੱਕ ਡੈਸ਼ ਨੰਬਰ ਸਿਸਟਮ ਉੱਤੇ ਕੰਮ ਕਰਦਾ ਹੈ ਤਾਂ ਰਾਈਟ ਆਨਸਰ ਹੈ ਬਾਈਨਰੀ ਸਿਸਟਮ ਠੀਕ ਹੈ ਕੰਪਿਊਟਰ ਇੱਕ ਬਾਈਨਰੀ ਨੰਬਰ ਸਿਸਟਮ ਉੱਤੇ ਕੰਮ ਕਰਦਾ ਹੈ ਐਮ ਆਈ ਪੀ ਐਸ ਯੂਨਿਟ ਦੀ ਵਰਤੋਂ ਕਿਸ ਦੀ ਗਤੀ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਦਾ ਰਾਈਟ ਆਨਸਰ ਹੈ ਪ੍ਰੋਸੈਸਰ ਠੀਕ ਹੈ ਜੀ ਜੋ ਐਮ ਆਈ ਪੀ ਐਸ ਯੂਨਿਟ ਦੀ ਵਰਤੋਂ ਪ੍ਰੋਸੈਸਰ ਦੀ ਗਤੀ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਐਂਡ ਜੋ ਐਮ ਆਈ ਪੀ ਐਸ ਦੀ ਜੋ ਫੋਲੋ ਫਾਰਮ ਹੈ ਮਿਲੀਅਨ ਇਨਸਟਰਕਸ਼ਨਸ ਪਰ ਸੈਕਿੰਡ ਠੀਕ ਹੈ ਜੀ ਮਿਲੀਅਨ ਇਨਸਟਰਕਸ਼ਨਸ ਪਰ ਸੈਕਿੰਡ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਵਿੱਚ ਜਾਣ ਨੂੰ ਕੀ ਕਿਹਾ ਜਾਂਦਾ ਹੈ ਆ ਰਾਈਟ ਆਨਸਰ ਹੈ ਬ੍ਰਾਊジング ਠੀਕ ਹੈ ਜੀ ਇਸ ਨੂੰ ਬ੍ਰਾਊジング ਕਿਹਾ ਜਾਂਦਾ ਹੈ ਇੰਟਰਨੈਟ ਕਨੈਕਸ਼ਨ ਲਈ ਕਿਹੜੀ ਡਿਵਾਈਸ ਦੀ ਲੋੜ ਹੁੰਦੀ ਹੈ ਤਾਂ ਰਾਈਟ ਆਨਸਰ ਹੈ ਮੋਡਮ ਠੀਕ ਹੈ ਜੀ ਇਸ ਨੂੰ ਮੋਡਮ ਕਿਹਾ ਜਾਂਦਾ ਹੈ